ਮੋਰਿੰਡਾ ਪੁਲਿਸ ਨੇ ਇੱਕ ਲੁਟੇਰਾ ਗੈਂਗ ਨੂੰ ਕਾਬੂ ਕੀਤਾ ਹੈ ਜੋ ਪੁਲਿਸ ਅਨੁਸਾਰ ਇਲਾਕੇ ਵਿੱਚ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਹੇ ਸਨ। ਪੁਲਿਸ ਅਨੁਸਾਰ ਇਹ ਗੈਂਗ ਲਗਭਗ 50 ਚੋਰੀ ਦੀਆਂ ਵਾਰਦਾਤਾਂ ਵਿੱਚ ਸ਼ਾਮਲ ਸਨ। ਇਸ ਗੈਂਗ ਦੇ ਮੈਂਬਰ ਇੱਕ ਕਾਰ ਵਿੱਚ ਘੁੰਮ ਰਹੇ ਸਨ ਜਿਨ੍ਹਾਂ ਕੋਲੋਂ ਮਾਰੂ ਹਥਿਆਰ ਵੀ ਬਰਾਮਦ ਕੀਤੇ ਗਏ। ਦੇਖੋ ਰੂਪਨਗਰ ਤੋਂ ਸਾਡੇ ਪੱਤਰਕਾਰ ਸੱਜਣ ਸਿੰਘ ਸੈਣੀ ਦੀ ਰਿਪੋਰਟ। ਐਸ ਐਸ ਪੀ ਦੇ ਨਿਰਦੇਸ਼ਾਂ ਮੁਤਾਬਕ ਹਰ ਰੋਜ਼ ਸਾਡੀ ਜਿਹੜੀ ਨਾਕਾਬੰਦੀ ਜ਼ਿਲ੍ਹੇ ਦੀ ਪੂਰੀ ਕੀਤੀ ਜਾਂਦੀ ਹੈ। ਇਸ ਤਰ੍ਹਾਂ ਹੀ ਸਾਡੀ ਸਬ ਡਿਵੀਜ਼ਨ ਚੌਕੌਰ ਸਾਹਿਬ ਡੀ ਐਸ ਪੀ ਸਾਹਿਬ ਦੀ ਨਿਗਰਾਨੀ ਹੇਠ ਇੱਥੇ ਜਿਹੜੀ ਕੱਲ੍ਹ ਨਾਕਾਬੰਦੀ ਕੀਤੀ ਗਈ ਸੀ, ਉੱਥੇ ਜਿਹੜਾ ਨਾਕੇ 'ਤੇ ਸਾਡਾ ਰਾਜ ਪੀ ਐੱਸ ਆਈ ਰਾਜ ਕੁਮਾਰ ਵਿਧ ਪਾਰਟੀ ਉਹਦਾ ਉੱਥੇ ਨਾਕਾ ਲੱਗਿਆ ਹੋਇਆ ਸੀਗਾ, ਜਿੱਥੇ ਕਿ ਉਹਦੇ ਕੋਲ ਖਾਸ ਮੁਖਬਰ ਨੇ ਆ ਕੇ ਦੱਸਿਆ ਵੀ ਕੁਛ ਬੰਦੇ ਨੇ ਜਿਹੜੇ ਕਿ ਗੱਡੀ ਨੰਬਰ ਐੱਚ ਆਰ 85A 87-88 ਮਾਰਕ ਜਿਹੜੀ ਕਿ ਉਹਦੇ ਵਿੱਚ ਬੈਠ ਕੇ ਉਹਨਾਂ ਕੋਲ ਜਿਹੜੇ ਤੇਜ਼ ਹਥਿਆਰ ਨੇ ਜਿਹੜੇ ਕਿ ਉਹ ਵਾਰਦਾਤ ਕਰ ਸਕਦੇ ਨੇ ਮੰਡੇ ਏਰੀਏ ਦੇ ਵਿੱਚ। ਉਹਨਾਂ ਨੇ ਫਿਰ ਉਹ ਜਿਹੜੇ ਉਹਨਾਂ ਨੂੰ ਘੇਰ ਕੇ ਜਿਹੜੇ ਉਹਦੇ 'ਚ ਟੁੱਟ ਗਿਆ ਘੇਰੇ ਦੇ ਵਿੱਚ 6 ਬੰਦੇ ਸੀਗੇ ਅਤੇ 6 ਬੰਦਿਆਂ ਦੇ ਜਿਹੜੇ ਉਹਨਾਂ ਕੋਲ ਫਿਰ ਉਹਨਾਂ ਨੂੰ ਪੁੱਛਿਆ ਤਾਂ ਉਹਨਾਂ ਕੋਲ ਜਦ ਤਲਾਸ਼ੀ ਲਈ ਉਹਨਾਂ ਕੋਲੋਂ ਇੱਕ ਰਿਵਾਲਵਰ ਅਤੇ ਬਾਕੀ ਹੋਰ ਜਿਹੜਾ ਕਟਰ ਅਤੇ ਇੱਕ ਗੰਡਾਸੀ ਅਤੇ ਹੋਰ ਕਾਫੀ ਜਿਹੜੇ ਲੋਹੇ ਦਾ ਜਿਹੜਾ ਉਹਨਾਂ ਕੋਲੋਂ ਸਮਾਨ ਮਿਲਿਆ। ਜਦੋਂ ਉਹਨਾਂ ਨੂੰ ਪੁੱਛਗਿੱਛ ਕੀਤੀ ਗਈ ਤਾਂ ਉਹ ਤਕਰੀਬਨ ਮੋਰਿੰਡਾ ਚਮਕੌਰ ਸਾਹਿਬ ਅਤੇ ਰੋਪੜ ਸਿਟੀ ਅਤੇ ਤਕਰੀਬਨ ਰੋਪੜ ਡਿਸਟ੍ਰਿਕਟ 'ਚ ਵੀ 10-15 ਵਾਰਦਾਤਾਂ ਉਹਨਾਂ ਨੇ ਕੀਤੀਆਂ ਸੀ। ਬਾਕੀ ਰਾਜਪੁਰਾ ਅਤੇ ਪਟਿਆਲਾ ਫਤਿਹਗੜ੍ਹ ਸਾਹਿਬ ਇਹਦੇ ਵਿੱਚ ਟੋਟਲ ਤਕਰੀਬਨ ਉਹਨਾਂ ਨੇ 50 ਦੇ ਕਰੀਬ ਜਿਹੜੀਆਂ ਵਾਰਦਾਤਾਂ ਉਹ ਕੀਤੀਆਂ ਨੇ। ਹੁਣ ਇਹਨਾਂ ਦਾ ਪੁਲਿਸ ਰਿਮਾਂਡ ਲਵਾਂਗੇ, ਪੁਲਿਸ ਰਿਮਾਂਡ ਦੌਰਾਨ ਪੂਰਾ ਪਤਾ ਲੱਗੂਗਾ ਵੀ ਇਹਨਾਂ ਨੇ ਹੋਰ ਕਿਹੜੇ ਕਿਹੜੇ ਜ਼ਿਲ੍ਹੇ 'ਚ ਵਾਰਦਾਤਾਂ ਇਹਨਾਂ ਨੇ ਕੀਤੀਆਂ ਨੇ। ਇਹਨਾਂ ਦੇ ਪਰਚੇ ਵੀ ਦਰਜ ਨੇ ਅਤੇ ਜਾਣੀ ਕਿ ਰਾਜਪੁਰੇ ਦੇ ਰਹਿਣ ਵਾਲੇ ਨੇ ਇਹ ਕਿ ਨੇੜੇ ਸੁਨੇਰੇ ਜਿੰਨੀਆਂ ਬੈਟਰੀਆਂ ਜਾਂ ਹੋਰ ਕਟਰ ਦੇ ਨਾਲ ਵੱਢ ਕੇ ਜਿਹੜੀਆਂ ਇਹ ਚੋਰੀਆਂ ਨੂੰ ਅੰਜਾਮ ਦਿੰਦੇ ਨੇ। ਸਰ ਕਿੱਥੇ ਸੇਲ ਕਰਦੇ ਸੀ, ਕੋਈ ਦੱਸਿਆ ਜਿਹਨਾਂ ਨੇ? ਇਹ ਸੇਲ ਹੁਣ ਇਹਨਾਂ ਦੇ ਪੁੱਛਗਿੱਛ 'ਚ ਲੱਗੂਗਾ। ਇਹ ਜਿਹੜੇ ਕੁਛ ਪੰਮੀ ਕਬਾੜੀ ਆ ਅਤੇ ਇਹਨਾਂ ਨੇ ਕਾਫੀ ਕਬਾੜੀਆਂ ਦੇ ਨਾਂ ਲਏ ਨੇ ਅਤੇ ਹੁਣ ਐਸ ਐੱਚ ਓ ਇਹਨਾਂ ਦੀ ਪੁੱਛਗਿੱਛ ਕਰੂਗਾ ਵੀ ਇਹਨਾਂ ਨੇ ਕਿਹੜਾ ਕਿਹੜਾ ਸਮਾਨ ਕਿੱਥੇ ਵੇਚਿਆ। ਇਹ ਦੌਰਾਨੇ ਹੁਣ ਜਦ ਅਸੀਂ ਇਹਨਾਂ ਦਾ ਪੁਲਿਸ ਰਿਮਾਂਡ ਅੱਜ ਇਹਨਾਂ ਨੂੰ ਪੇਸ਼ ਕਰ ਦਿਆਂਗੇ ਅਤੇ ਪੁਲਿਸ ਰਿਮਾਂਡ ਲੈ ਕੇ ਫਿਰ ਇਹਨਾਂ ਤੋਂ ਪੁੱਛਗਿੱਛ ਕਰਾਂਗੇ। ਸਰ ਇਹ 6 ਬੰਦੇ ਸੀਗੇ ਜਦ ਨਾਲ ਹੋਰ ਕਿਸੇ ਗੱਡੀ 'ਚ ਹੋਰ ਵੀ ਨਾਲ ਇਹਨਾਂ ਸਾਥੀ ਸੀ? ਜਿਸ ਟਾਈਮ ਇਹਨਾਂ ਨੂੰ ਫੜਿਆ ਤਾਂ ਉਸ ਟਾਈਮ 6 ਬੰਦੇ ਸੀਗੇ, ਕਿਉਂਕਿ ਇਹਨਾਂ ਦਾ ਇਹ ਆ ਵੀ ਇਹ ਬਾਅਦ 'ਚ ਇਹ ਦੱਸਣ ਦੇ ਮੁਤਾਬਕ ਇਹ ਜਦ ਇਹਨਾਂ ਨੂੰ ਜਦੋਂ ਕੋਈ ਸਮਾਨ ਮਿਲ ਜਾਂਦਾ ਇਹ ਫਿਰ ਕੁਆਲੀਏ ਦੀ ਗੱਡੀ ਲੈ ਕੇ ਬੁਲੈਰੋ ਅਤੇ ਉਹਦੇ ਸਮਾਨ ਲੈ ਕੇ ਇਹ ਫਿਰ ਗਾਂ ਇਹਨੂੰ ਸੇਲ ਕਰ ਦਿੰਦੇ।